अच्छी है। मेरा नाम शाहरुख है जी। ਕਿਹੜਾ ਪਿੰਡ ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਸ਼ਾਹਰੁਖ ਹੈ, ਪਿੰਡ ਨੈਡੋ ਹੈ ਜੀ। ਤੇ ਕੀ ਜਿਹੜੀ ਘਟਨਾ ਵਾਪਰੀ ਤੁਹਾਡੇ ਫਾਦਰ ਦੇ ਕੋਲ ਸੁਸਾਈਡ ਕੀਤਾ ਗਿਆ ਜੀ? ਉਹ ਗੱਲ ਕੀ ਹੋਈ? ਉਹ ਮੈਂਬਰੀ 'ਚ ਖੜੇ ਸੀਗੇ ਜੀ ਅਤੇ ਪਿੰਡ ਦੇ ਸੀਗੇ ਉਹਨਾਂ ਨੂੰ ਖੜਾਉਣ ਵਾਲੇ ਅਤੇ ਮਤਲਬ ਕਿ ਉਹਨਾਂ ਦਾ ਲਿਸਟ 'ਚ ਨਾਮ ਵੀ ਆ ਗਿਆ ਸੀਗਾ ਹੈ ਨਾ ਜੀ, ਅਤੇ ਉਹਨਾਂ ਦੇ ਪੇਪਰ ਖਾਰਜ ਕਰਾਤੇ ਜੀ। ਕਿਹਨਾਂ ਨੇ ਕਰਾਏ ਸੀ? ਜਿਨ੍ਹਾਂ ਨੇ ਖੜਾਏ ਸੀਗੇ, ਮਤਲਬ ਕਿ ਉਹਨਾਂ ਨੇ ਲਿਖ ਕੇ ਗਏ ਜੋ ਲਾਸਟ 'ਚ ਆਮ ਪਾਰਟੀ ਤੋਂ ਜੀ। ਅਤੇ ਉਸ ਤੋਂ ਬਾਅਦ ਮਤਲਬ ਕਿ ਪੇਪਰ ਖਾਰਜ ਹੋ ਗਏ ਪੇਪਰ ਹੀ। ਉਹ ਤੋਂ ਬਾਅਦ ਉਹਨਾਂ ਨੇ ਪਿੰਡ 'ਚ ਬਦਨਾਮੀ ਕਰਤੀ ਵੀ ਗੁਲਜ਼ਾਰ ਨੇ 50,000 ਰੁਪਇਆ ਲਿਆ, ਉਹ ਜਿਹੜਾ ਮਤਲਬ ਕਿ ਡੈਡੀ ਤੋਂ ਉਹ ਬਾਰ 'ਚ ਖੜਿਆ ਸੀਗਾ ਹਾਂਜੀ, ਵੀ ਉਹ ਤੋਂ 50,000 ਰੁਪਇਆ ਲਿਆ, ਅਤੇ ਉਹ ਮਤਲਬ ਕਿ ਕਾਫੀ ਦਿਨ ਤੋਂ ਫਿਰ ਘਰੇ ਸੀਗੇ। ਉਸ ਤੋਂ ਬਾਅਦ ਨਾ ਉਹ ਬਾਹਰ ਗਏ ਹੈ ਨਾ ਜੀ, ਟੈਨਸ਼ਨ 'ਚ ਪੈ ਗਏ। ਹਾਂ ਟੈਨਸ਼ਨ 'ਚ ਪੈ ਗਏ ਹਾਂਜੀ ਹਾਂਜੀ ਝੂਠਾ ਤੋਂ ਹਾਂਜੀ, ਅਤੇ ਮੈਂ ਤਾਂ ਕੰਮ 'ਤੇ ਗਿਆ ਹੋਇਆ ਸੀਗਾ ਜੀ, ਅਤੇ ਉਸ ਤੋਂ ਬਾਅਦ ਅਗਲੇ ਦਿਨ ਠੀਕ ਸੀਗੇ ਸਵੇਰੇ ਹੈ ਨਾ। ਉਸ ਤੋਂ ਬਾਅਦ ਫਿਰ ਫੋਨ ਆਇਆ, ਮਤਲਬ ਕਿ ਉਹਨਾਂ ਨੂੰ ਟੈਨਸ਼ਨ ਸੀਗੀ ਹੈ ਨਾ, ਅਤੇ ਉਹ ਮੈਂ ਬਾਹਰ ਆ ਕੇ ਨਹਾਇਆ ਨੂਆ ਅਤੇ ਮਤਲਬ ਕਿ ਮੈਂ ਝਾੜੂ ਲਾ ਰਿਹਾ ਸੀਗਾ ਹੈ ਨਾ, ਅਤੇ ਉਹ ਲਿਖ ਰਹੇ ਸੀਗੇ ਕੁਛ, ਪਰ ਮੈਂ ਜਾ ਨਹੀਂ ਸਕਿਆ ਉਹਨਾਂ ਦੇ ਕਮਰੇ 'ਚ ਹੈ ਨਾ, ਜਿਵੇਂ ਵੀ ਲਾ ਲਓ, ਅਤੇ ਮੈਨੂੰ ਲੱਗ ਰਿਹਾ ਸੀਗਾ ਵੀ ਸ਼ਾਇਦ ਵੀ ਕੁਛ ਉਲਟ ਹੋਊਗਾ ਜਿਵੇਂ ਹੈ ਨਾ ਜੀ, ਅਤੇ ਮੈਂ ਨਹਾ ਕੇ ਬਾਹਰ ਨਿਕਲਾ। ਨਾਲ ਦੀ ਨਾਲ ਫਾਦਰ ਸਾਹਿਬ ਨੇ ਮੈਨੂੰ ਬੁਲਾਇਆ, ਨਿੱਕ ਨੇਮ ਲੈ ਕੇ ਵੀ ਹੈਪੀ ਇੱਥੇ ਆ ਹੈ ਨਾ ਜੀ, ਅਤੇ ਮੈਂ ਅੰਦਰ ਗਿਆ ਅਤੇ ਉਹਨਾਂ ਨੇ ਮੈਨੂੰ ਇੱਕ ਕਾਗਜ਼ 'ਚ ਫੜਾਇਆ ਅਤੇ ਕਿਹਾ ਵੀ ਇਹ ਸਾਂਭਲ ਪੁੱਤੀ 'ਚ ਕਹਾ ਉਹਨਾਂ ਦੇ ਨਾਮ ਨੇ ਮਤਲਬ ਕਿ, ਅਤੇ ਕਹਿੰਦੇ ਮੈਂ ਦਵਾਈ ਖਾ ਲਈ ਕੁਛ ਵੀ ਹੈ ਨਾ ਜੀ, ਅਤੇ ਮੈਂ ਉਹ ਕਾਗਜ਼ ਨਾਲ ਦੀ ਨਾਲ ਪਾਇਆ। ਤਾਏ ਦੇ ਮੁੰਡੇ ਨੂੰ ਆਸ਼ੂ ਨੂੰ ਫੋਨ ਕੀਤਾ ਜੀ ਵੀ ਡੈਡੀ ਨੇ ਆਸ਼ੂ ਵੀ ਡੈਡੀ ਨੇ ਦਵਾਈ ਖਾ ਲਈ ਵੀ ਜਲਦੀ ਆ ਜਾ, ਅਤੇ ਅਸੀਂ ਨਾਲ ਦੀ ਨਾਲ ਰਾਜਪੁਰ ਚਲੇ ਗਏ ਜੀ। ਉਸ ਤੋਂ ਬਾਅਦ ਉਹਨਾਂ ਨੇ ਥੋੜ੍ਹਾ ਜਿਹਾ ਚੈੱਕਅਪ ਕੀਤਾ ਆਪਣਾ ਜੋ ਵੀ ਕੀਤਾ ਹੈ ਨਾ ਜੀ, ਉਹ ਤੋਂ ਬਾਅਦ ਉਹਨਾਂ ਨੇ ਰੈਫਰ ਕਰਤਾ ਪਟਿਆਲੇ ਸਾਨੂੰ ਜੀ, ਅਤੇ ਮਤਲਬ ਕਿ ਉੱਥੇ ਜਾ ਕੇ ਫਿਰ ਉਹਨਾਂ ਨੇ ਕਿੱਦਣ ਦੀ ਘਟਨਾ ਜੀ? ਇਹ 7 ਤਰੀਕ ਦੀ ਹੈ ਜੀ। ਅਤੇ ਹੁਣ ਉਹਨਾਂ ਦਾ ਹੋ ਗਿਆ ਜੀ ਦਫਨਾ? ਹਾਂਜੀ ਹਾਂਜੀ, ਗੱਲ ਹੋ ਗਿਆ ਜੀ। ਅਤੇ ਬਾਈ ਜੀ ਇੱਕ ਗੱਲ ਦੱਸੋ, ਜਿਹੜਿਆਂ ਦੇ ਵੱਲੋਂ ਮੇਣੇ ਮਾਰੇ ਜਾਂਦੇ ਸੀ, ਕੀ ਉਹ ਉਸੇ ਪਾਰਟੀ ਤੋਂ, ਕਿਹੜੀ ਪਾਰਟੀ ਤੋਂ? ਉਸੀ ਦੇ ਜਿਹੜਿਆਂ ਨੇ ਖੜਾਇਆ ਸੀਗਾ ਜੀ, ਆਪ ਵਾਲੇ? ਹਾਂ ਆਪ ਵਾਲੇ, ਜਿਨ੍ਹਾਂ ਨੇ ਖੜਾਇਆ ਸੀਗਾ ਜੀ। ਅਤੇ ਉਹੀ ਮੇਣੇ ਮਾਰਦੇ? ਉਹੀ ਮੇਣੇ ਮਾਰਦੀ ਸੀਗੀ। ਕੀ ਮੇਣੇ ਮਾਰਦੇ ਸੀਗੇ? ਵੀ ਇਹ ਵੀ ਇਹ ਵਿਕ ਗਿਆ 50,000 'ਚ ਜੀ, ਮਤਲਬ ਕਿ ਦੂਜੀ ਪਾਰਟੀ ਤੋਂ। ਹਾਂ ਉਹ ਵਿੱਚ ਤੇ ਹੋਇਆ ਸਭ ਨੇ, ਉਹ ਡੈਡੀ ਨੇ ਸਭ ਕੁਛ ਕਾਗਜ਼ 'ਚ ਲਿਖਿਆ ਹੋਇਆ ਜੀ। ਦੇਖੋ ਜੀ ਮੈਂ ਵੀ ਨਹੀਂ ਪੜ੍ਹਿਆ ਹਾਲੇ ਤੱਕ ਤੱਜ ਨਾਲ ਆਈ। ਕੰਮ ਕੀ ਕਰਦੇ ਸੀਗੇ ਵੀਰੇ? ਡੈਡੀ ਟੇਲਰ ਸੀਗੇ ਮੇਰੀ। ਉਮਰ ਕਿੰਨੀ ਕੁ ਸੀਗੀ ਉਹਨਾਂ ਦੀ? ਉਮਰ 50 ਸਾਲ ਜੀ। ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ? ਪਰਿਵਾਰ 'ਚ ਮੈਂ, ਫਾਦਰ ਸਾਹਿਬ ਹੈ, ਦਾਦਾ ਦਾਦੀ ਹੈ, ਵੱਡਾ ਬ੍ਰਦਰ ਹੈ, ਭਾਬੀ। ਮਦਰ ਨਹੀਂ ਹੈਗੀ। ਇਲੈਕਸ਼ਨ ਕਿੰਨੇ ਦੀ ਬਾਈ? ਪੰਚੀ ਦੀ ਲੜ ਰਹੇ ਸੀ, ਸਰਪੰਚੀ ਦੀ? ਮੈਂਬਰੀ ਦੀ। ਅੱਛਾ ਹਾਂਜੀ। ਕਿੰਨੇ ਸਮੇਂ ਦੇ ਪਹਿਲਾਂ ਡਾਕਟਰ ਸੀ ਮਦਰ ਜੀ ਤੁਹਾਡੀ? ਮਦਰ ਜੀ ਤਾਂ ਕਾਫੀ ਟਾਈਮ ਹੋ ਗਏ ਜੀ, 16 ਸਾਲ। ਪਰਿਵਾਰ 'ਚ ਦਾਦਾ ਦਾਦੀ, ਮੈਂ, ਬੜਾ ਭਰਾ ਹੈ ਜੀ, ਭਾਬੀ ਹੈ, 2 ਭਤੀਜੇ ਨੇ। ਕਿਵੇਂ ਦੇਖਦੇ ਹੋ ਬਾਈ ਜੀ ਇਲੈਕਸ਼ਨ ਆ ਤੁਹਾਡੇ ਪਰਿਵਾਰ ਦਾ ਜੀ ਲੈ ਕੇ ਚੱਲੀ ਗਏ? ਕਿਵੇਂ ਦੇਖਦੇ? ਮਸੇ ਮਾੜਾ ਜੀ। ਕਰੋ ਸਰ। ਐਸ ਸਰ, ਜਿਹੜਾ ਨਰੋੜੂ ਪਿੰਡ 'ਚ ਇੱਕ ਬੰਦੇ ਨੇ ਸੁਸਾਈਡ ਕੀਤਾ ਹੈ, ਪੂਰਾ ਮਾਮਲਾ ਕੀ ਹੈ? ਹਾਂਜੀ, ਇਹ ਨਾੜੂ ਪਿੰਡ ਦੇ ਵਿੱਚ ਇੱਕ ਗੁਲਜ਼ਾਰ ਮੁਹੰਮਦ ਨਾਮ ਦਾ ਵਿਅਕਤੀ, ਤਕਰੀਬਨ 50 ਸਾਲ ਦੀ ਉਮਰ ਸੀ ਉਹਦੀ, ਉਸਨੇ ਸੁਸਾਈਡ ਕੀਤਾ ਸੀਗਾ, ਅਤੇ ਉਸਦੇ ਮਤਲਬ ਥਾਣਾ ਖੇੜੀ ਗੰਡਿਆਂ ਦੇ ਵਿੱਚ ਮੁਕੱਦਮਾ ਨੰਬਰ 72 ਦਰਜ ਰਜਿਸਟਰ ਕਰ ਲਿਆ, ਜੋ ਨਵੀਂ ਧਾਰਾਵਾਂ ਹੈਗੀਆਂ ਕਾਨੂੰਨ ਦੀਆਂ 108 BNS 351 ਅਤੇ 121 ਅਤੇ 122 ਦੇ ਅਧੀਨ, ਜੋ ਪਹਿਲਾਂ 306 ਸੀ, ਉਸਦੀ ਮਾਮਲਾ ਦਰਜ ਕਰ ਲਿਆ ਗਿਆ। ਸਰ, ਕਿੰਨੇ ਬੰਦੇ ਖਿਲਾਫ਼ ਕੀਤੇ ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਜੀ ਉਹਨੂੰ ਫੜਨ? ਹਾਂਜੀ, ਇਸ ਦੇ ਵਿੱਚ ਅਸੀਂ 7 ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈਗਾ ਅਤੇ ਰੇਡ ਕਰ ਰਹੇ ਹਾਂ, ਉਹਨਾਂ ਨੂੰ ਫੜਨ ਦੇ ਲਈ ਪੂਰੀਆਂ ਕੋਸ਼ਿਸ਼ ਚੱਲ ਰਹੀ ਹੈ। ਸਰ, ਕੋਈ ਸੁਸਾਈਡ ਨੋਟ ਵਗੈਰਾ? ਹਾਂਜੀ, ਇਹ ਗੁਲਜ਼ਾਰ ਮੁਹੰਮਦ ਵੱਲੋਂ ਸੁਸਾਈਡ ਨੋਟ ਹੀ ਸੀਗਾ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ। ਉਹਨਾਂ ਬੰਦਿਆਂ ਦੇ ਖਿਲਾਫ਼? ਹਾਂਜੀ ਹਾਂਜੀ।